ਫਿਰੋਜ਼ਪੁਰ ਵਿੱਚ ਅਸਲੇ ਦੀ ਨਜਾਇਜ਼ ਖੇਪ ਲਗਾਤਾਰ ਫੜੇ ਜਾਣ ਦਾ ਸਿਲਸਿਲਾ ਹਜੇ ਵੀ ਜਾਰੀ ਹੈ ਅਤੇ ਇਸੇ ਕੜੀ ਤਹਿਤ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਮੇਨ ਚੌਂਕ 'ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ, ਜਿਸ ਵਿੱਚੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ। ਜਦੋਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਦੇ ਕੋਲ ਇੱਕ ਕਾਲੇ ਰੰਗ ਦਾ ਬੈਗ ਵੀ ਸੀ। ਜਦ ਉਸ ਬੈਗ ਦੀ ਪੁਲਿਸ ਵੱਲੋਂ ਤਲਾਸ਼ੀ ਲਿੱਤੀ ਗਈ ਤਾਂ ਉਸ ਵਿੱਚੋਂ 11 ਪਿਸਤੌਲ ਅਤੇ 21 ਮੈਗਜ਼ੀਨਾਂ ਬਰਾਮਦ ਹੋਈ। ਇਸੇ ਦੌਰਾਨ ਹੀ ਉਹ ਪੁਲਿਸ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਏ, ਜਿਸ 'ਤੇ ਪੁਲਿਸ ਵੱਲੋਂ ਹੁਣ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ 'ਤੇ ਮੁਕੱਦਮਾ ਵੀ ਦਰਜ ਕਰ ਲਿੱਤਾ ਗਿਆ ਹੈ। ਜਿਹੜੇ ਵੈਪਨ ਫੜੇ ਆ ਜੀ, ਇਹ ਕਿੱਥੋਂ ਫੜੇ ਹੈਗੇ ਔਰ ਕਿੰਨੇ ਵੈਪਨ ਹੈਗੇ ਆ ਸਰ, ਕਿੰਨੀ ਮੈਗਜ਼ੀਨ ਸੀਗੀਆਂ? ਜੀ ਸਰ, ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਦੇ ਟੀਮ ਫਿਰੋਜ਼ਪੁਰ ਨੇ ਸ਼੍ਰੀਮਤੀ ਸੌਮਿਆ ਮਿਸ਼ਰਾ IPS SSP ਦੀ ਅਗਵਾਈ ਹੇਠ ਪਿਛਲੇ ਇੱਕ ਸਾਲ ਦੌਰਾਨ ਕੰਪੈਰੇਟਿਵਲੀ 64 ਵੈਪਨਸ ਜਿਹੜੇ ਆ ਉਹ ਰਿਕਵਰ ਕੀਤੇ ਨੇ, ਜਿਹਦੇ 'ਚ ਇਹਨਾਂ ਨੇ 49 ਜਿਹੜੇ ਬੰਦੇ ਫੜੇ ਨੇ ਅਤੇ 27 ਜਿਹੜੇ ਕੇਸਿਸ ਹੈਗੇ ਸੀ ਜਿਹੜੇ ਆਰਮਜ਼ ਐਕਟ ਦੇ ਸੀ। ਇਸੇ ਤਰ੍ਹਾਂ 215 ਕੇਸਿਸ ਦੇ ਵਿੱਚ 279 ਦੋਸ਼ੀ ਫੜ ਕੇ ਇਹਨਾਂ ਨੇ 58 ਕਿਲੋ ਹੀਰੋਇਨ ਅਤੇ 12 ਕਿਲੋ OPM, 1 ਕਰੋੜ ਤੋਂ ਵੱਧ ਡਰੱਗ ਮਨੀ ਰਿਕਵਰ ਹੋਈ ਆ, ਜਿਨ੍ਹਾਂ ਤੋਂ ਵੈਪਨ ਵੀ ਰਿਕਵਰ ਹੋਏ ਨੇ। ਉਸੇ ਲੜੀ ਦੇ ਤਹਿਤ ਇਹਨਾਂ ਵੱਲੋਂ ਲਗਾਤਾਰ ਗੈਂਗਸਟਰਸ ਅਤੇ ਡਰੱਗਸ ਦੇ ਖਿਲਾਫ਼ ਕਾਰਵਾਈ ਕਰਦਿਆਂ ਹੋਇਆਂ ਕੱਲ੍ਹ ਤਲਵੰਡੀ ਭਾਈ ਹਾਈਟੈਕ ਨਾਕੇ ਤੋਂ ਟੀਮ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ, ਜਿਨ੍ਹਾਂ 'ਚ DSP ਤਰਨ ਸ਼ਰਮਾ, SHO ਤਲਵੰਡੀ ਭਾਈ, ਹਾਈਟੈਕ ਨਾਕੇ ਦੇ ਜਿਹੜੇ ਕਰਮਚਾਰੀ ਸੀ ਅਤੇ ਹੋਰ ਪੁਲਿਸ ਅਫਸਰਾਂ ਨੇ ਮੁਸਤੈਦੀ ਦੇ ਨਾਲ ਉੱਥੇ ਚੈਕਿੰਗ ਕਰ ਰਹੇ ਸੀ। ਉਸ ਚੈਕਿੰਗ ਦੌਰਾਨ ਕੱਲ੍ਹ ਸ਼ਾਮੀ ਉੱਥੇ ਦੋ ਵਿਅਕਤੀ ਜਿਹੜੇ ਇੱਕ ਮੋਟਰਸਾਈਕਲ 'ਤੇ ਬੈਗ ਲੈ ਕੇ ਜਾ ਰਹੇ ਸੀ, ਹੋਰ ਵਿਅਕਤੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ। ਉਹਨਾਂ ਦਾ ਜਿਹੜਾ ਬੈਗ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈਕਿੰਗ ਕਰਨ ਦੇ ਲਈ ਉੱਥੇ ਨੇੜੇ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹ ਨੇੜੇ ਆਉਣ ਦੀ ਬਜਾਏ ਸਾਡੇ ਪੁਲਿਸ ਵੱਲੋਂ ਉਹਨਾਂ ਦਾ ਬੈਗ ਚੈੱਕ ਕਰਨ ਦੌਰਾਨ ਉਹ ਉੱਥੋਂ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਕੋਲ ਉਹਨਾਂ ਦਾ ਮੋਟਰਸਾਈਕਲ, ਉਹਨਾਂ ਵੱਲੋਂ ਵਰਤਿਆ ਜਾਂਦਾ ਮੋਬਾਈਲ, ਉਹ ਅਤੇ ਹੋਰ ਜਿਹੜੀਆਂ ਇੰਪੋਰਟੈਂਟ ਲੀਡਸ ਆ ਉਹ ਸਾਡੇ ਕੋਲ ਆ, ਜਿਨ੍ਹਾਂ ਦੇ ਆਧਾਰ 'ਤੇ ਉਹ ਵਿਅਕਤੀਆਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ। ਉਹਨਾਂ ਨੂੰ ਅਸੀਂ ਇਨ ਕਮਿੰਗ ਡੇਜ਼ ਕਾਬੂ ਕਰਕੇ ਇਹ ਵੈਪਨ ਕਿੱਥੋਂ ਆਏ, ਉਹਨਾਂ ਦਾ ਕੀ ਮੰਤਵ ਸੀ, ਕਿਸ ਪਰਪਜ਼ ਲਈ ਯੂਜ਼ ਕਰਨੇ ਸੀ, ਉਹ ਸਾਰਾ ਅਸਟੈਬਲਿਸ਼ ਕਰ ਲਿਆ ਜਾਵੇਗਾ। ਇਹ ਜਿਹੜੇ ਵੈਪਨ ਆ ਇਹ 11 ਪਿਸਟਲ ਸੀ, 21 ਮੈਗਜ਼ੀਨ ਸੀ ਜਿਹੜੇ ਕਿ ਉੱਥੋਂ ਮੌਕੇ ਤੋਂ ਰਿਕਵਰ ਹੋਏ ਨੇ। ਇਹਨਾਂ ਦੇ ਨਾਲ ਆਉਣ ਨਾਲ ਵਾਕਿਆ ਹੀ ਕੋਈ ਨਾ ਕੋਈ ਉਹਨਾਂ ਨੇ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼, ਕ੍ਰਾਈਮ ਇੱਥੇ ਕਰਨ ਦੀ ਉਹਨਾਂ ਦੀ ਕੋਈ ਸੰਭਾਵਨਾ ਸੀ, ਉਹ ਸਾਰਾ ਪਰਦਾਫਾਸ਼ ਹੋਇਆ। ਪਲੱਸ ਉਹਨਾਂ ਨੇ ਕੀ ਕ੍ਰਾਈਮ ਕਰਨਾ ਸੀ, ਕਿਹੜੇ ਕਿਹੜੇ ਉਸ ਗੈਂਗ ਦੇ ਹੋਰ ਮੈਂਬਰ ਨੇ, ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਅਤੇ ਆਉਂਦੇ ਸਮੇਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੌਰਾਨ ਇਹ ਤੈਅ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ। ਸਰ, ਇਹ ਵੈਪਨ ਕਿੱਥੋਂ ਦੇ ਬਣੇ ਹੋਏ ਆ ਔਰ ਕਿੱਥੋਂ ਦੇ ਹੈਗੇ ਸੀਗੇ? ਇਹ ਕੰਟਰੀ ਮੇਡ ਵੈਪਨ ਨੇ, ਐਜ਼ ਆਫ ਨਾਓ ਇਹਨਾਂ ਦੀ ਜਿਹੜਾ ਅਸਟੈਬਲਿਸ਼ ਕਰਕੇ ਕਹਿ ਦੇਣਾ ਵੀ ਇਹ ਕਿੱਥੋਂ ਦੇ ਨੇ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਪਰੰਤੂ ਇੰਨਾ ਹੀ ਆ ਵੀ ਇਹ ਇੰਡੀਅਨ ਮੇਡ ਵੈਪਨਸ ਨੇ, ਪਰੰਤੂ ਇਹ ਬੜੀ ਚੰਗੀ ਹਾਲਤ ਦੇ ਵੈਪਨਸ ਨੇ। ਇਹ ਇਕੱਠੇ ਕਿੱਥੋਂ ਮੋਗਾ ਸਾਈਡ ਤੋਂ ਉਹ ਆਏ ਸੀ, ਜਦੋਂ ਉਹਨਾਂ ਨੂੰ ਰੋਕਿਆ ਸੀ ਉਹ ਫਿਰੋਜ਼ਪੁਰ ਨੂੰ ਆ ਰਹੇ ਸੀਗੇ। ਇਹਨਾਂ ਦੇ ਜਿਹੜੇ ਸਾਰੇ ਡੂੰਘਾਈ ਤੱਕ ਇਨਵੈਸਟੀਗੇਸ਼ਨ ਕਰਕੇ, ਸਾਇੰਟੀਫਿਕ ਇਨਵੈਸਟੀਗੇਸ਼ਨ ਜਾਂ ਜਿਹੜੇ ਹੋਰ ਸਾਧਨਾਂ ਦੇ ਰਾਹੀਂ ਇਹ ਕਰਕੇ ਇਹਦਾ ਪਤਾ ਲਾਇਆ ਜਾਵੇਗਾ। ਫਿਰ ਤੁਹਾਡੇ ਨਾਲ ਸ਼ੇਅਰ ਕਰ ਸਰ, ਇਹ ਕਿੱਦਾਂ ਯੂਥ ਗੈਂਗਸਟਰ ਚ ਆ ਰਿਹਾ ਵਾ, ਇਹ ਕਿਤੇ ਯੂਥ ਨੂੰ ਵਿਖਾ ਕੇ ਨਵੇਂ ਨਵੇਂ ਹਥਿਆਰ ਦੇ ਕੇ ਕਿਤੇ ਗੈਂਗਸਟਰ ਨੂੰ ਹੋਰ ਜ਼ਿਆਦਾ ਵਧਾਵਾ ਤਾਂ ਨਹੀਂ ਦੇ ਰਹੇ ਪੰਜਾਬ ਦੇ ਵਿੱਚ? ਇੱਦਾਂ ਦਾ ਵਧਾਵਾ ਦੇਣ ਦੇ ਨਹੀਂ, ਆਲਰੇਡੀ ਜਿਹੜੇ ਇੱਦਾਂ ਦੇ ਕੁਛ ਨਾ ਕੁਛ ਵਿਅਕਤੀ ਜਿਹੜੇ ਇਨਵੋਲਵਡ ਨੇ ਕ੍ਰਾਈਮ ਦੇ ਵਿੱਚ, ਉਹਨਾਂ ਦਾ ਆਪਣੇ ਆਪ ਨੂੰ ਇੱਦਾਂ ਦਾ ਵੈਪਨ ਰੱਖਣਾ ਜਾਂ ਵੈਪਨ ਗਾਂ ਸੇਲ ਕਰਨੇ ਜਾਂ ਵੈਪਨ ਨੂੰ ਕਿਸੇ ਕ੍ਰਾਈਮ ਲਈ ਪਰਪਸ ਯੂਜ਼ ਕਰਨਾ, ਉਹ ਸਾਰੇ ਜਿਹੜੇ ਇਸੇ ਇਹਦਾ ਪਾਰਟ ਆ। ਇਹ ਇਨਵੈਸਟੀਗੇਸ਼ਨ ਦੌਰਾਨ ਹੀ ਐਗਜੈਕਟਲੀ ਕਲੀਅਰ ਹੋਵੇਗਾ ਇਹ
ਕੋਈ ਵਧਾਵਾ ਦੇਣ ਦਾ ਨਹੀਂ ਉਹਨਾਂ ਦਾ ਪਰਪਸ। ਜਿਹੜੇ ਆਲਰੇਡੀ ਕ੍ਰਾਈਮ 'ਚ ਇਨਰੋਲਡ ਨੇ, ਜਿਹੜੇ ਆਪਸ 'ਚ ਗੈਂਗਸ ਹੈਗੇ ਨੇ ਕ੍ਰਾਈਮ ਦੇ, ਇਹ ਬੇਸਿਕਲੀ ਉਹਨਾਂ ਦੇ ਹੀ ਆਪਦੇ ਕੋਲ ਹੈਗੇ ਨੇ। ਅਤੇ ਨਵੇਂ ਬੱਚੇ ਆ ਜਿਹੜੇ ਡੈਫੀਨੇਟਲੀ ਅਲਿਓਰ ਵੀ ਹੋ ਸਕਦੇ ਨੇ ਵੈਪਨਸ ਨੂੰ ਦੇਖ ਕੇ, ਪਰ ਉਹਦੇ ਲਈ ਇਹ ਐਜ਼ ਆਫ ਨਾਓ ਹਲੇ ਇਹ ਕੁਛ ਨਹੀਂ ਕਿਹਾ ਜਾ ਸਕਦਾ ਵੀ ਇਹ ਵੈਪਨ ਆ, ਇਹ ਵੈਪਨ ਕਿਹਨੂੰ ਉਹਨਾਂ ਨੇ ਦੇਣੇ ਸੀ ਜਾਂ ਕਿਹਨੇ ਅਲਿਓਰ ਹੋਣਾ ਸੀ, ਕਿਹਦੇ ਹਿੱਸੇ 'ਚ ਆਉਣੇ ਸੀ, ਨਹੀਂ ਆਉਣੇ ਸੀ। ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ, ਉੱਥੇ ਬਿਲਡਿੰਗ ਬਣਾਈ ਜਾਂਦੀ ਆ, ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ। ਆਹ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੌਕ। ਅੱਛਾ ਜੀ। ਅਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ, ਅਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਅਤੇ 6 ਇੰਚ ਉਚਾਈ ਆਪਾਂ ਨੂੰ। ਲਗਭਗ 3.5 ਇੰਟਾਂ 4 ਇੰਟਾਂ ਕਵਰ ਕਰ ਜਾਂਦਾ ਇੱਕ ਬਲੌਕ। ਅੱਛਾ ਜੀ। ਹਾਂਜੀ। ਅਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ, ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ, ਸ਼ੋਰੇਜ ਦੀ ਪ੍ਰੋਬਲਮ ਆ ਰਹੀ ਆ, ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ। ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ, ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਹਾਂ ਚਾਹੇ ਬਲੌਕ ਯੂਜ਼ ਕਰਦੇ ਹਾਂ, ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ। ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ, ਜਿਵੇਂ ਪੈਸਾ ਸੇਵ ਹੋਊਗਾ, ਮਟੀਰੀਅਲ ਸੇਵ, ਜਿੱਦਾਂ ਰੇਤਾ ਯੂਜ਼ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ਼ ਕਰਦੇ ਹਾਂ, ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।